ਸਾਰੇ ਦੋਸਤਾਂ ਨੂੰ ਮੈਂ ਇੱਕ ਹੋਰ ਵਲੌਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ। ਅੱਜ ਦਾ ਵਲੌਗ ਬੜਾ ਖਾਸ, ਸਾਡੇ ਨਾਲ ਸਰਦਾਰ ਸੈਫ ਸੰਧੂ ਸਾਹਿਬ। ਸਰਦਾਰ ਸੈਫ ਸਾਹਿਬ ਇਹਨਾਂ ਦੇ ਫੋਰ ਫਾਦਰਸ ਦੀ ਜੇ ਗੱਲ ਕਰੀਏ ਤਾਂ ਇਹ ਨੇ ਜਵਾਲਾ ਸਿੰਘ ਸੰਧੂ ਜੀ ਜੀ ਬਿਲਕੁਲ, ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਸਾਂਢੂ ਸਨ, ਉਹਨਾਂ ਦੀ ਪੀੜ੍ਹੀ 'ਚੋਂ ਨੇ। ਅੱਜ ਉਹਨਾਂ ਦੇ ਪਿੰਡ ਆ ਅਸੀਂ ਪੜਾਣੇ। ਪੜਾਣਾ ਪਿੰਡ ਬਿਲਕੁਲ ਬਾਰਡਰ ਦੇ ਉੱਤੇ ਪੈਂਦਾ। ਬਾਰਡਰ ਤੋਂ ਕਿੰਨਾ ਜੀ? ਬਾਰਡਰ ਤੋਂ ਜਨਾਬ ਜਸਟ ਹਾਫ ਕਿਲੋਮੀਟਰ ਹੈ ਜੀ, ਇੱਕ ਅੱਧਾ ਕਿਲੋਮੀਟਰ ਜੀ। ਅਤੇ ਅੱਜ ਹਿੰਮਤ ਕਰਕੇ ਸੰਧੂ ਸਾਹਿਬ ਨੂੰ ਕਿਹਾ ਕਿ ਸਾਨੂੰ ਲੈ ਜਾਓ ਜ਼ੀਰੋ ਲਾਈਨ 'ਤੇ, ਅਤੇ ਸਰਦਾਰ ਸਾਹਿਬ ਲੈ ਕੇ ਜਾ ਰਹੇ ਸਾਨੂੰ ਜ਼ੀਰੋ ਲਾਈਨ 'ਤੇ। ਨਾਲ ਡਾਕਟਰ ਸਾਹਿਬ ਨੇ ਝੋਲੀ 'ਚ ਬੈਠੇ ਆ ਸਰ, ਬੜਾ ਨਾ ਭੁੱਖੇ ਸ਼ੇਰਾਂ ਅੱਗੇ ਹਰਨ ਨੂੰ ਪਾਤਾ ਇਹਨਾਂ ਨੇ। ਅਸੀਂ ਜਾਣਦੇ ਜੀ ਜ਼ੀਰੋ ਲਾਈਨ ਵੱਲ। ਸੋ ਅੱਜ ਦਾ ਵੀਡੀਓ ਬੜਾ ਖਾਸ, ਬਾਰਡਰੋਂ ਪਾਰ ਨਹੀਂ ਆਪਾਂ ਗਏ ਹੁਣ ਤੱਕ, ਦੇਖਨੇ ਵੀ ਚਲੋ ਉਤੋਂ ਦੀ ਝਾਕ ਅੱਜ ਵੇਖਦੇ ਆ ਕਿ ਉਸ। ਬਿਲਕੁਲ ਜੀ ਬਿਲਕੁਲ, ਡਿਸਟ੍ਰਿਕਟ ਅੰਮ੍ਰਿਤਸਰ ਤੇ ਲਾਹੌਰ ਦਾ ਜਿੰਦਾ ਬਾਰਡਰ ਆ ਜੀ, ਇੰਡੀਆ ਵਾਲੇ ਬੰਨੇ ਜਨਾਬ, ਨਸ਼ਹਿਰਾ ਢਾਲਾ ਪਿੰਡ, ਹਵੇਲੀਆਂ ਤੇ ਛੀਨੇ ਤੇ ਰਸੂਰਪੁਰ, ਉਸ ਧਰਤੀ ਹੋਏਗੀ ਜਨਾਬ ਜ਼ੀਰੋ ਲਾਈਨ ਦੇ। ਇੱਧਰ ਜਨਾਬ ਸਾਡਾ ਪਿੰਡ ਪੜਾਣੇ ਦਾ ਬਾਰਡਰ ਹੋਏਗਾ, ਅਸੀਂ ਜਨਾਬ ਇਹਨਾਂ ਨੂੰ ਜ਼ੀਰੋ ਲਾਈਨ ਦੇ ਉੱਤੇ ਅੱਜ ਲੈ ਕੇ ਚੱਲੇ ਆ ਜਨਾਬ। ਪਿੰਡ ਆਪਣਾ ਉੱਧਰ ਉੱਧਰ ਛੀਨਾ ਜਨਾਬ, ਰਸੂਰਪੁਰ, ਹਵੇਲੀਆਂ ਤੇ ਨਸ਼ਹਿਰਾ ਢਾਲਾ। ਨਸ਼ਹਿਰਾ ਢਾਲਾ, ਠੀਕ ਹੈ। ਚਲੋ ਜੀ ਚੱਲਦੇ ਆ ਭਾਣ ਫਿਰ ਬਾਰਡਰ। Thank you.
ਤੁਰਿਆ। ਸੋ ਸੰਧੂ ਸਾਹਿਬ, ਸਰਦਾਰ ਸਾਹਿਬ ਨੇ ਤੁਹਾਨੂੰ ਦੱਸਿਆ ਟੂਲ 'ਤੇ ਆਪਾਂ ਗੱਡੀ ਦਿੱਤੀ ਖਿਲਾਰ, ਅਸੀਂ ਬਿਲਕੁਲ ਜ਼ੀਰੋ ਲਾਈਨ 'ਤੇ ਆ ਗਏ। ਇੱਥੇ ਸਾਡੇ ਤੋਂ 100 ਫੁੱਟ ਦੇ ਆ ਅੱਗੇ ਜਿੱਥੇ ਅਸੀਂ ਜਾ ਰਹੇ ਹਾਂ। ਇਹ ਸਾਹਮਣੇ ਤੁਹਾਨੂੰ ਵਿਖਾਇਆ ਸੀ ਇੰਡੀਆ ਵਾਲੀ ਸਾਈਡ 'ਤੇ ਜਿਹੜੀ ਤਾਰ ਉਹਨਾਂ ਦੀ ਲੱਗੀ, ਉਹ ਤੋਂ ਅੱਗੇ ਆ ਕੇ 300-400 ਫੁੱਟ ਅੱਗੇ ਆ ਕੇ ਚਿੱਟੀਆਂ ਜਿਹੜੀਆਂ ਲੱਗੀਆਂ। ਸਰਦਾਰ ਸਾਹਿਬ ਇਹ ਨਹੀਂ ਨਾ? ਬਿਲਕੁਲ ਜੀ, ਇਹ ਜ਼ੀਰੋ ਲਾਈਨ ਹੈ। ਇਸ ਤੋਂ ਪਰਾਂ ਜਨਾਬ ਹਵੇਲੀਆਂ ਅਤੇ ਛੀਨੇ ਪਿੰਡ ਨੇ। ਤੁਸੀਂ ਜ਼ੂਮ ਕਰਕੇ ਵਿਖਾਓ, ਉਹ ਗੁਰਦੁਆਰੇ ਦਾ ਮੀਨਾਰ ਹੈ ਜਨਾਬ, ਪਾਣੀ ਦੀ ਟੈਂਕੀ ਹੈ, ਉਹ ਖੰਭਾ ਲੱਗਾ ਜਨਾਬ ਸਿਗਨਲਾਂ ਵਾਲਾ। ਕਿਹੜਾ ਪਿੰਡ ਹੈ? ਛੀਨੇ ਅਤੇ ਹਵੇਲੀਆਂ ਜਨਾਬ। ਇਹ ਹਵੇਲੀਆਂ ਅਤੇ ਛੀਨੇ ਪਿੰਡ ਆ, ਅਤੇ ਸੱਜੀ ਸਾਈਡ 'ਤੇ ਇੱਥੇ ਨਸ਼ਹਿਰਾ ਢਾਲਾ। ਨਸ਼ਹਿਰਾ ਢਾਲਾ ਸਾਹਮਣੇ, ਹਾਂ ਸਾਹਮਣੇ ਨਸ਼ਹਿਰਾ ਢਾਲਾ। ਇੱਥੇ ਅਸੀਂ ਇਸ ਵੇਲੇ ਪਹੁੰਚ ਗਏ ਬਿਲਕੁਲ ਬਾਰਡਰ 'ਤੇ ਫਿਰ। ਅੱਗੇ ਗੱਲ ਕਰਦੇ ਸਾਂ, ਤੁਸੀਂ ਉੱਪਰਲੇ ਬੰਨੇ ਵਕਾਰ ਗੱਲ ਕਰਦੇ ਸਾਂ ਵੀ ਜਾਇਆ ਤਾਂ ਨਹੀਂ ਜਾਂਦਾ ਬਾਰਡਰ ਪਾਰ, ਫਿਰ ਵੀਜ਼ਿਆਂ ਦਾ ਪ੍ਰੋਬਲਮ ਹੈ। ਚਲੋ ਐਂ ਦੀ ਝਾਕ ਕੇ ਵੇਖ ਲੈਂਦੇ ਵੀ ਨਸ਼ਹਿਰੇ ਢਾਲੇ ਕੀ ਆ, ਉੱਧਰ ਕੀ ਆ, ਛੀਨੀ ਕੀ ਆ, ਹਵੇਲੀਆਂ ਛੀਨੀ ਕੀ ਆ। ਇੰਨਾ ਵੀ ਨਾ ਝਾਕਿਓ, ਮੈਂ ਤਾਂ ਅੱਗੋ G3 ਦੀ ਆਵੇ G3 ਆਪਣੇ ਕੋਲ ਹੈ, ਉੱਧਰ G2 ਵੀ ਆ। ਅੱਛਾ, ਥੱਲੇ ਹੀ ਇੰਡੀਆ ਜੀ। ਚਲੋ ਜਿਹੜੀ ਵੀ ਉਹਨਾਂ ਵੀ ਆਪਣਾ ਇੰਟਰਨੈਸ਼ਨਲ ਬਾਰਡਰ ਨਹੀਂ ਸੀ ਆ, ਲੇਕਿਨ ਜਨਰਲ ਪਰਵੇਜ਼ ਮੁਸ਼ਰਫ ਸਾਹਿਬ ਦੇ ਦੌਰ ਵਿੱਚ ਨਾ ਇੰਟਰਨੈਸ਼ਨਲ ਬਾਰਡਰ ਡਿਕਲੇਅਰ ਕੀਤਾ ਗਿਆ ਆ, ਵਾਹਗਾ ਵਿੰਗ ਤੋਂ ਕਸੂਰ ਵਿੰਗ ਗੰਡਾ ਸਿੰਘ ਤੱਕ, ਅਤੇ ਈਚ ਐਂਡ ਐਵਰੀ ਸਿਕਿਉਰਟੀ ਫੋਰਸਿਸ ਮੂਵਮੈਂਟ ਹੇਅਰ, ਇੱਧਰ ਇਮੀਗ੍ਰੇਸ਼ਨ ਡਿਪਾਰਟਮੈਂਟ ਇੱਧਰ, ਕਸਟਮ ਐਕਸਾਈਜ਼ ਵਾਲੀ ਇੱਧਰ, ਔਰ ਤਮਾਮ ਜੋ ਸਿਕਿਉਰਟੀ ਹਮਾਰੀ ਏਜੰਸੀ ਇੱਧਰ ਮੂਵਮੈਂਟ ਕਰਤੀ ਹੈ ਜੀ। ਇੰਟਰਨੈਸ਼ਨਲ ਬਾਰਡਰ ਅਗਰ ਇੱਧਰ ਪਟਾਕਾ ਵੀ ਚੱਲ ਗਿਆ, ਸਮਝੋ ਜੰਗ ਦੀ ਸ਼ੁਰੂਆਤ ਹੋ ਗਈ ਇੱਥੇ, ਅਤੇ ਅਸੀਂ ਬਿਲਕੁਲ ਬਾਰਡਰ ਦੇ ਕੰਢੇ 'ਤੇ ਹਾਂ ਜਨਾਬ। ਅਗਰ BSF ਦੀ ਜਨਾਬ ਚੌਂਕੀ ਹੈੱਡਕੁਆਟਰ ਹੈ, ਬਾਕੀ ਤੁਸੀਂ ਵੇਖ ਸਕਦੇ ਜੀ ਉਹਨਾਂ ਨੇ ਆਪਣੀਆਂ ਤਾਰਾਂ ਲਾਈਆਂ ਨੇ ਜਨਾਬ ਸਿਕਿਉਰਟੀ ਲਈ। ਉਹ ਸੜਕ 'ਤੇ ਅਸੀਂ ਜਾ ਸਕਦੇ ਕਿ ਉਸ ਤੱਕ ਜਾ ਸਕਦੇ ਬੁਰਜੀ ਨੂੰ ਟੱਚ ਕਰਕੇ? ਨਹੀਂ ਨਹੀਂ, ਬੁਰਜੀ ਉਹਨਾਂ ਦੇ ਆ। ਨਹੀਂ ਬਾਈਕ ਬੁਰਜੀ ਉਹਨਾਂ ਦੀ ਜਨਾਬ, ਸਾਡਾ ਬੰਦਾ ਹੈ। ਲੇਕਿਨ ਇੱਥੇ ਖੁਰੇ ਲੱਗਦੇ ਨੇ ਜੀ, ਜੋ ਖੁਰੇ ਲੱਗਦੇ ਕਹਿਣਗੇ ਜੀ ਕ੍ਰਾਸਿੰਗ ਹੋਈ ਹੈ ਡੇਲੀ ਸਾਡੇ ਰੇਂਜਰ ਵਾਲੇ, ਅਤੇ ਉਹਨਾਂ ਦੇ BSF ਵਾਲੇ ਜਵਾਨ ਐਡਜਸਟ ਕਰਦੇ ਨੇ। ਅਗਰ ਉੱਥੇ ਕੋਈ ਖੁਰਾ ਨਜ਼ਰ ਆ ਜਾਵੇ ਫਿਰ ਸਮਝੋ ਕ੍ਰਾਸਿੰਗ ਹੋਈ ਹੈ ਜਾਂ ਕੋਈ ਮੂਵਮੈਂਟ ਹੋਈ ਗਿਆ ਹੈ, ਇਸ ਲਈ ਉਹ ਹਲ ਚਲਾ ਕੇ ਰੱਖਦੇ ਨੇ ਨੀਟ ਐਂਡ ਕਲੀਨ। ਇਹ ਆਪਣੀ ਸਾਈਡ ਦੇ ਉੱਧਰ ਚਲਾਉਂਦੇ, ਉਹ ਆਪਣੀ ਚਲਾਉਂਦੇ? ਹਾਂਜੀ। ਅਤੇ ਹੁਣ ਇਸ ਟਾਈਮ ਤਾਂ ਮੂਵਮੈਂਟ ਨਹੀਂ ਆ, ਰਾਤ ਨਹੀਂ ਹੁੰਦੀ? ਹਾਂ ਬਿਲਕੁਲ, ਰਾਤ ਨੂੰ ਵੀ ਅਕਸਰ ਉਹ ਦੇਖੋ ਨਾ ਬੈਠੇ ਨੇ BSF ਦੇ, ਮਤਲਬ ਧਿਆਨ ਉਹਨਾਂ ਦਾ ਇੱਧਰ ਹੀ ਹੈ, ਇੱਧਰ ਹੀ ਹੈ ਜੀ, ਕੌਣ ਆਏ ਨੇ ਅਤੇ ਕੌਣ ਗਏ ਨੇ। ਲੇਕਿਨ ਅਸੀਂ ਆਪਣੇ ਲਾਮਾ ਵੀ ਦੇ ਦਿੰਦੇ ਆ ਕਿ ਨਹੀਂ, ਫੋਨ ਕਰਕੇ ਵੀ ਤੁਹਾਡੇ ਬੰਦੇ ਇੱਧਰ ਫਿਰਦੇ? ਟੈਨਸ਼ਨ ਜੀ ਹੋਰ ਦਾ ਦੇਵੋਗੀ, ਇਸ ਬੁਰਜੀ ਤੋਂ ਲੱਗ ਕੇ ਉਸ ਬੁਰਜੀ ਤੱਕ ਨਹੀਂ ਲਾਮਾ ਆਏਗਾ, ਬਾਕੀਆਂ ਦੀ ਗਰੰਟੀ ਨਹੀਂ। ਨਹੀਂ ਉੱਧਰ ਲੈ ਇਹਨਾਂ ਨੂੰ, ਬਸ ਦਿੰਦੇ ਨੇ ਤੁਹਾਨੂੰ ਪਤਾ ਜਦੋਂ ਮਲਾਪ ਹੁੰਦਾ ਹੈ ਜਾਂ ਫਲੈਗ ਸੈਰੇਮਨੀ ਅਕਸਰ ਜੋ ਕਰਦੇ ਨੇ। ਹੂੰ,
ਲਓ ਜੀ ਸਰਦਾਰ ਸਾਹਿਬ, ਇਹਨਾਂ ਸਰਦਾਰ ਸਾਹਿਬ ਦੀਆਂ ਪੈਲੀਆਂ 'ਚ ਫਿਰਨ ਡੇ, ਬਿਲਕੁਲ ਜੀ ਪਟਾਣੇ ਦੀਆਂ, ਅਤੇ ਬਿਲਕੁਲ ਆਪਾਂ ਆ ਗਏ ਜ਼ੀਰੋ ਲਾਈਨ 'ਤੇ, ਜ਼ੀਰੋ ਲਾਈਨ 'ਤੇ ਫਿਰਨ ਡੇ। ਇਹ ਮੇਰੇ ਪਿੱਛੇ ਤੁਸੀਂ ਬੁਰਜੀ ਜਿਹੜੀ ਆ ਪਾਕਿਸਤਾਨ ਦੀ, ਇਹ ਤੁਸੀਂ ਵੇਖ ਸਕਦੇ ਹੋ। ਸਾਹਮਣੇ ਉਹਨਾਂ ਦੀ ਚੌਕੀ ਵੀ ਤੁਸੀਂ ਜਿਹੜੀ ਆ ਵੇਖ ਸਕਦੇ। ਕਦਮ ਲਾ ਕੇ ਕਸਮ ਖਾ ਸਕਦੇ ਜੇ ਕਿ ਮੈਂ ਜਨਾਬ ਇੰਡੀਆ ਵੀ ਲੰਘਦੀ ਆ ਪਾਕਿਸਤਾਨ ਜ਼ਿੰਦਾਬਾਦ। ਥੋੜੀ ਦੇਰ ਲਈ ਮੈਂ ਪਾਕਿਸਤਾਨ ਦੀ ਵੱਟ ਜਿਹੜੀ ਪਰਲਾ ਪਾਸਾ ਇੰਡੀਆ ਦਾ, ਇਹ ਮੈਂ ਬਾਜ਼ਾਰ ਗਿਆ ਇੰਡੀਆ, ਇਹ ਮੇਰਾ ਪੈਰ ਇੰਡੀਆ 'ਚ। ਲਓ ਜੀ ਮੈਂ ਹੁਣ ਵਾਪਸ ਆ ਗਿਆ ਪਾਕਿਸਤਾਨ। ਸੋ ਅੱਜ ਦਾ ਇਹ ਵਲੌਗ ਸੀ ਸਾਡਾ ਜੀ ਬਾਰਡਰ 'ਤੇ, ਜ਼ੀਰੋ ਲਾਈਨ 'ਤੇ। ਉਮੀਦ ਕਰਦੇ ਹਾਂ ਵਧੀਆ ਲੱਗਾ ਹੋਊਗਾ, ਵਧੀਆ ਲੱਗਾ ਸ਼ੇਅਰ ਜ਼ਰੂਰ ਕਰਿਓ। ਅੱਗੇ ਵੀ ਗੱਲ ਕਰਦੇ ਹਾਂ ਵੀ ਜਾ ਨਹੀਂ ਸਕਦੇ ਲੇਕਿਨ ਬਾਰਡਰ ਉਹਦੇ 'ਚ ਆ ਸਕਦੇ। ਬਿਲਕੁਲ, ਅਸੀਂ ਅੱਜ ਜ਼ੀਰੋ ਲਾਈਨ 'ਤੇ ਆਏ ਸਾਂ ਅਤੇ ਸਾਡੀ ਖਵਾਹਿਸ਼ ਸੀ ਕਿ ਵੇਖੀਏ ਜਾਈਏ ਵੀ ਬਾਰਡਰ ਦੀ ਐਕਟੀਵਿਟੀਜ਼ ਕੀ ਨੇ। ਬਿਲਕੁਲ ਸਰਦਾਰ ਸਾਹਿਬ ਨੇ ਦੱਸਿਆ, ਸਰਦਾਰ ਜੀ ਜਿਹੜਾ ਉਰਲੀ ਸਾਈਡ ਆ ਤਿਹਾੜ ਵਗੇ ਆ, ਇਹ ਪਰਲੀ ਸਾਈਡ ਤੇ ਉਹਨਾਂ ਦਾ ਵਾ ਸੜਕ, ਵੀ ਇਹ ਆਪਸ ਚ ਰੇਂਜਸ ਵਾਲੇ ਕਰਦੇ ਰਹਿੰਦੇ ਨੇ ਕੋਈ ਇਹਦਾ। ਬਿਲਕੁਲ ਜੀ, ਹਰ ਚੌਥੇ ਪੰਜਵੇਂ ਦਿਨ ਇਹਦੇ ਹੱਲ ਚਲਾਈਦਾ, ਬਕਾਇਦਾ ਰੂਟਾਵੇਟਰ ਚਲਾਈਦਾ ਤਾਂ ਕਿ ਕੋਈ ਨਾ ਐਸੀ ਕੋਈ ਮੂਵਮੈਂਟ ਹੋਵੇ ਇਨਲੀਗਲ ਤੋਂ ਪੈਰਾਂ ਦੇ ਨਿਸ਼ਾਨ ਤੁਰਿਆ ਆ ਸਕੇ। ਅੱਛਾ, ਤੇ ਉਸ ਤੋਂ ਬਾਅਦ ਇਹਦਾ ਕੋਈ ਸਰਵੇ ਵੀ ਹੁੰਦਾ ਕੋਈ ਮੰਥਲੀ ਜਾਂ? ਬਿਲਕੁਲ ਜੀ, ਹਰ 3 ਮਾਹ ਬਾਅਦ ਤੇ ਹਰ ਮਹੀਨੇ ਬਕਾਇਦਾ ਜਨਾਬ ਵੈਰੀਫਿਕੇਸ਼ਨ ਹੁੰਦੀ, ਪਿਲਰ ਵੈਰੀਫਿਕੇਸ਼ਨ ਕਹਿ ਲਓ ਜਾਂ ਇੱਕ ਮਲਾਪ ਅਸੀਂ ਕਹਿੰਦੇ ਹਾਂ ਜਨਾਬ, ਕੰਬਾਈਨ BSF ਤੇ ਰੇਂਜਰ ਦਾ ਜਨਾਬ, ਕੋਈ ਐਸੀਆਂ ਐਕਟੀਵਿਟੀਜ਼ ਹੁੰਦੀਆਂ ਉਹਨਾਂ ਦੇ ਕੰਟਰੋਲ ਲਈ ਤੇ ਕੋਈ ਇੰਪਰੂਵਮੈਂਟ ਬਾਰਡਰ ਦੇ ਹਵਾਲੇ ਨਾਲ ਸਾਰੇ ਆਪਣੇ ਮੁਸ਼ਤਰਕਾ ਗੱਲਬਾਤ ਤੀਸਰੇ ਮਹੀਨੇ ਹੁੰਦੀ। ਹਾਂਜੀ। ਲਓ ਜੀ, ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜਿਹੜੇ ਜੁੜੇ ਸੀ ਸਾਡੇ ਨਾਲ। ਮਿਲਦੇ ਹਾਂ ਫਿਰ, ਰੱਬ ਰੱਖ।